का खालसा वाहेगुरु जी की फतेह। स्टेज तो वीर जी ने वेरवे विच बड़े प्यार नाल ज्ञानी संत सिंह जी मस्कीन जी के जीवन बारे दस्या, उन्हां दे परिवार बारे और सच करके जदों मस्कीन जी का नाम आता है ओ प्यारी रंगी हुई आत्मा जिन्हां ने सच करके गुरबाणी का प्रचार शब्द की विचार शब्द रूप होके कीती, प्यार नाल आखो सतनाम। सिद्धांतां नूं नहीं छड्डिया, जिस करके बच्चे तो लैके बुजुर्ग तक उन्हां दे विचार हर एक नूं समझ आ के हर कोई गुरु नाल जुड़ जांदा सी। अज उन्हां दी याद च बैठे हाँ, बाबा हरबंस सिंह जी की याद विच वी। मैंने जदों हुक्म होया वीर जी भाई करनैल सिंह जी वल्लों जिथे मस्कीन जी की याद बारे दसिया, नाल नाल इन्हां ने भाई साहब भाई चतर सिंह जी का नाम लै दिता कि वह तुहानू बहुत प्यार करते सन। पिछले साल वह भी चलाना कर गए, बड़े प्यारे कीर्तनी है, कई पुरातन बैठे ने जिन्होंने उन्हों का कीर्तन सुनिया वह जानते ने, उन्होंने भी सच करके कीर्तन रूप होकर कीर्तन किया। आखो सतनाम। दास नूं उन्होंने बहुत प्यार दिता, जिंदगी विच बहुत कुछ सीखिया, बहुत असीसा माणिया। भाई करनैल सिंह जी तकरीबन 30-40 वरे तो मेरे ख्याल मस्कीन जी दे नाल ही और प्यार के उन्हां दी सीरीज कैसटां ये वंडनिया, ये सेवा करनी, जगह जगह जिथे जाते सन पहुंचते सन और अज भी उ प्यार विच उन्हानु याद करते हुए उन्होंने याद जरूर मनाते ने। आखो सतनाम। आओ थोड़ा समा जुड़ जाइए, शब्द रूप श्रद्धांजलि, कीर्तन रूप श्रद्धांजलि सारे रल के गाइए, जिन्हें बैठे हो कोई वांझा ना रहे। चलिया पत स्यों जन्म वाजा वाएसी, चलिया पत स्यों जन्म सवा वाजा वाएसी, जपो चलिया पत सारे जपो, चलिया पत स्यों जन्म वाजा वाए सी, 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 चलिया पत स्यों जन्म सवा
ਰਾਜਾ ਵਾਏ ਸੀ ਚੱਲਿਆ ਪੱਤ ਸਿਓ ਜਨ ਵਾਜਾ ਵਾਏ ਸੀ ਵਾਜਾ ਵਾਏ ਸਾਰੇ ਜਪੋ ਵਾਜਾ ਵਾਏ ਸੀ ਵਾਜਾ ਵਾਏ ਸੀ ਚੱਲਿਆ ਪੱਤ ਸਿਓ ਜਨ ਵਾਜਾ ਵਾਏ ਸੀ ਚੱਲਿਆ ਪੱਤ ਸਿਓ ਜਨ ਸਵਾ ਵਾਜਾ ਵਾਏ ਸੀ ਪਾਂਡਾ ਅੱਛਾ ਸੋਏ ਜੋਤਿਸ ਭਾਵ ਸੀ ਪਾਂਡਾ ਅੱਛਾ ਸੋਏ ਪਾਂਡਾ ਅੱਛਾ ਸੋਏ ਜੋਤਿਸ ਭਾਵ ਸੀ ਪਾਂਡਾ ਅਰਥ ਮਲੀਨ ਤੋਤਾ ਅੱਛਾ ਨਾ ਹੋਏ ਸੀ ਤੋਤਾ ਅੱਛਾ ਨਾ ਹੋਏ ਸੀ ਤੋਤਾ ਅੱਛਾ ਨਾ ਹੋਏ ਸੀ ਚੱਲਿਆ ਪੱਤ ਸਿਓ ਜਨ ਸਵਾ ਵਾਜਾ ਵਾਏ ਸੀ ਚੱਲਿਆ ਪੱਤ ਸਿਓ ਜਨ ਸਵਾ ਵਾਜਾ ਵਾਏ ਸੀ 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 ਚੱਲਿਆ ਪੱਤ ਸਿਓ ਜਨ ਸਵਾ ਵਾਜਾ ਵਾਏ ਸੀ ਚੱਲਿਆ ਪੱਤ ਸਿਓ ਜਨ ਵਾਜਾ ਵਾਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਗੁਰੂ ਸਾਰੇ ਜਪੋ ਗੁਰੂ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਗੁਰੂ ਏਤ ਦੁਆਰੇ ਹੋਏ ਅੱਛਾ ਹੋਏ ਸੀ ਚੱਲਿਆ ਪੱਤ ਸਿਓ ਜਨ ਵਾਜਾ ਵਾਏ ਸਾਰੇ ਜਪੋ ਚੱਲਿਆ ਪੱਤ ਵਾਜਾ ਵਾਏ ਸੀ ਵਾਜਾ ਵਾਏ ਸੀ ਵਾਜਾ ਵਾਏ ਵਾਜਾ ਵਾਏ ਸੀ ਵਾਜਾ ਵਾਏ ਚੱਲਿਆ ਪੱਤ ਸਿਓ ਜਨ ਵਾਜਾ ਵਾਏ ਸੀ ਚੱਲਿਆ ਪੱਤ ਸਿਓ ਜਨ
ਵਾਜਾ ਵਾਏ ਸੀ ਮੈਲੇ ਹੱਥੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜੇ ਕਰਮ ਕਮਾਏ ਦੇਹਾ ਹੋਏ ਸੀ ਜੇ ਜੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚਲਿਆ ਪਥ ਸਿਓ ਜਨਮ ਵਾਜਾ ਵਾਏ ਸੀ ਚਲਿਆ ਪਥ ਸਿਓ ਜਨਮ ਵਾਜਾ ਵਾਏ ਸੀ ਵਾਜਾ ਵਾਏ ਸੀ ਵਾਜਾ ਵਾਏ ਸੀ ਵਾਜਾ ਵਾਏ ਸੀ ਵਾਜਾ ਵਾਏ ਚਲਿਆ ਪਤ ਸਿਓ ਜਨ ਵਾਜਾ ਵਾਏ ਸੀ ਚਲਿਆ ਪਤ ਸਿਓ ਜਨ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਧਾਰ ਸੀ ਚਲਿਆ ਪਤ ਸਿਓ ਜਨ ਵਾਜਾ ਵਾਏ ਸੀ ਚਲਿਆ ਪਤ ਸਿਓ ਜਨ ਵਾਜਾ ਵਾਏ ਸੀ ਵਾਜਾ ਵਾਏ ਸੀ ਵਾਜਾ ਵਾਏ ਸੀ ਵਾਜਾ ਵਾਏ ਸੀ ਵਾਜਾ ਵਾਏ ਜਪੋ ਚਲਿਆ ਪਤ ਸਿਓ ਜਨ ਵਾਜਾ ਵਾਏ ਸੀ ਚਲਿਆ ਪਤ ਸਿਓ ਜਨ ਵਾਜਾ ਵਾਏ ਸੀ 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 ਚਲਿਆ ਪਤ ਸਿਓ ਜਨ ਵਾਜਾ ਵਾਏ ਸੀ ਚਲਿਆ ਪਤ ਸਿਓ ਜਨ ਵਾਜਾ ਵਾਏ ਸੀ ਵਾਜਾ ਵਾਏ ਸੀ ਵਾਜਾ ਸੀ ਆਹੇ ਗੁਰੂ ਜਿਸ ਮਨ ਵਸਿਆ ਸੋਏ ਸੋ ਜੀਵਿਆ ਜਿਸ ਮਨ ਵਸਿਆ ਸੋਏ ਸੋ ਜੀਵਿਆ
ਜਸ਼ਵਾਨਾ ਸਿਆ ਸੋਏ ਜੀਵਿਆ ਵਾਹਿਗੁਰੂ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਉਹ ਜਿਉਣਾ ਜਿਉਣਾ ਨਹੀਂ ਹੈ, ਸਫਲ ਨਹੀਂ ਹੈ ਜਿਸ ਜੀਵਨ ਵਿੱਚ ਗੁਰੂ ਦੀ ਯਾਦ ਨਹੀਂ। ਜਿਸ ਜੀਵਨ ਵਿੱਚ, ਜਿਸ ਜ਼ਿੰਦਗੀ ਵਿੱਚ ਗੁਰੂ ਨਾਲ ਸਾਂਝ ਨਹੀਂ, ਗੁਰੂ ਚੇਤੇ ਵਿੱਚ ਨਹੀਂ, ਉਹ ਜਿਉਣਾ ਸਫਲ ਨਹੀਂ ਹੈ। ਤੇ ਉਹ ਸਫਲ ਜੀਵਨ ਹੈ, ਉਹ ਸਫਲ ਜ਼ਿੰਦਗੀ ਹੈ, ਉਹ ਸਫਲ ਆਤਮਾ ਹੈ ਜਿਸ ਆਤਮਾ ਨਾਲ, ਜਿਸ ਜੀਵਨ ਵਿੱਚ ਗੁਰੂ ਦੀ ਸਾਂਝ ਬਣ ਜਾਂਦੀ ਹੈ। ਆਖੋ ਸਤਨਾਮ। ਆਓ ਇਹ ਪੰਕਤੀਆਂ ਇੱਕ ਵਾਰ ਸਾਰੇ ਪੜ੍ਹ ਲਈਏ, ਜਿੰਨੇ ਬੈਠੇ ਹੋ ਸਾਰੇ ਗਾਓ ਗੁਰੂ ਦੇ ਪਿਆਰ ਵਿੱਚ। ਸਮਝਣ ਦਾ ਯਤਨ ਕਰੀਏ ਗੁਰੂ ਕੇ ਸ਼ਬਦ ਰਾਹੀਂ ਅਸਲ ਚ ਜਿਉਣਾ ਕੀ ਹੈ। ਆਓ ਸਾਰੇ ਰਲ ਕੇ ਪੜ੍ਹੀਏ। ਜਿਸ ਮਨ ਵਸਿਆ ਸੋਏ ਸੋ ਜੀਵਿਆ, ਜਪੋ ਜਿਸ ਮਨ ਜਿਸ ਮਨ ਵਸਿਆ ਸੋਏ ਸੋ ਜੀਵਿਆ, ਜਪੋ ਜਿਸ ਮਨ ਜੇ ਜੀਵੇ ਪਤ ਲੱਛੀ ਜਾਏ, ਜੇ ਸਾਰੇ ਜਪੋ। ਜੇ ਜੀਵੇ ਪਤ ਲੱਛੀ ਜਾਏ, ਜੇ ਜੀਵੇ ਪਤ ਲੱਛੀ ਜਾਏ, ਸਭ ਹਰਾਮ ਸਭ ਹਰਾਮ ਜੇ ਤਾ ਕਿਸ ਗਾਏ, ਜਿਸ ਵਰ ਵਸਿਆ ਸੋਏ ਸੋ ਜੀਵਿਆ, ਜਿਸ ਵਰ ਵਸਿਆ ਸੋਏ ਸੋ ਜੀਵਿਆ, ਨਾਨਕ ਅਵਰ ਨਾ ਜੀਵੇ ਕੋਏ, ਜਿਸ ਮਨ ਵਸਿਆ ਸੋਏ ਸੋ ਸੋ ਜੀਵਿਆ, ਸੋ ਜੀਵਿਆ, ਸੋ ਜਿਸ ਮਨ ਵਸਿਆ ਸੋਏ, ਜਿਸ ਮਨ ਵਸਿਆ ਸੋ ਜੀਵਿਆ, ਵਾਹਿਗੁਰੂ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜੈਸਾ ਹਰ ਹੀ ਹੋਏ, ਸਾਰੇ ਪੜੋ। ਹਰ ਜਨ ਐਸਾ ਚਾਹੀਏ ਜੈਸਾ, ਜੈਸਾ ਹਰ ਹੀ
जपो जैसा भगत कबीर जी ने बड़े प्यारे बोल आओ सारे रल के पढ़िए सिख नूं जीवन दी जाच सतगुर ने इस शब्द विच दसी है कैसा जीवन होवे निम्रता भरपूर आओ सिखण दा यतन करिए जिन्हां दी याद मना रहे हैं सच करके उन्होंने ऐसे बोलां नूं कमाया आखो सतनाम आओ सारे रल के पढ़िए समा असीमित है मैनूं भावें पिछों मस्कीन जी दे परिवार विच्चों ही बच्चियां ने हुक्म कीता सी कि सबना का मां प्यो जरूर सुनाना पर समय दी है पाबंदी है इह शब्द पढ़ के जिवें आखोगे जे समा होया तो सुनावांगे नहीं तां अगले शनिवार पर परिवार वालों हुक्म सी आओ सारे रल के पावन शब्द पढ़िए कोई वांझा ना रहे हर जन ऐसा चाहिए जैसा हर ही होए जैसा हर ही होए सारे जपो हर जन हरे जपो जैसा होए हर जन ऐसा चाहिए जैसा हर ही होए जैसा हर ही हर जन कबीर रोड़ा होए रोबाट का रोड़ा होए रो अज मन का अब मान अज मन का अब मान ऐसा कोई दास होए ऐसा कोई दास होए ताहे मिले भगवान ताहे मिले भगवान हर जन ऐसा चाहिए जैसा हर ही हर जन ऐसा चाहिए जैसा हर ही हो जैसा हर ही हो
कबीर रोड़ा हुआ तो क्या पाया, पंथी को दुख दे ऐसा तेरा दास है, ऐसा तेरा दास है जो तरनी में खे। कबीर खे हुई तो क्या जन ऐसा चाहिए जो पानी सरबम। कबीर पानी हुआ तो क्या पाया, पानी हुआ तो शीरा ताता हर जन ऐसा जानिए जपो हर जन ऐसा जानिए जैसा हर जी होए जैसा हर जी जैसा जन ऐसा चाहिए।
ਸਾਰੀਆਂ ਸੰਗਤਾਂ ਦਾ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਬਹੁਤ ਪਿਆਰ ਕਰਦੇ ਨੇ, ਉਹਨਾਂ ਦਾ ਵੀ ਧੰਨਵਾਦ। ਦਿੱਲੀ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਬੜੇ ਪਿਆਰ ਨਾਲ ਅਗਲਾ ਪ੍ਰੋਮ ਸ਼ਰਮ ਕਰੋ, ਦਿਓ ਸੀਸ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ